ਨਮਸਕਾਰ ਤੁਸੀਂ ਸਭ ਦੇਖ ਰਹੇ ਹੋ 7th C News ਦਾ ਲਾਈਵ ਪੇਜ ਤੇ 7th C News ਤੁਹਾਡੇ ਲਈ ਲਿਆ ਰਿਹਾ ਪਰੋਸੇਮੰਦ ਖਬਰਾਂ ਜਿਵੇਂ ਕਿ ਹਿਮਾਚਲ ਦੇ ਪਧਰੋਏ ਵਿੱਚ ਪਿਛਲੇ ਦਿਨੀ ਕਾਫੀ ਲੰਬੇ ਸਮੇਂ ਤੋਂ ਚਿੱਟੇ ਦਾ ਕਾਰੋਬਾਰ ਤੜਲੇ ਨਾਲ ਚੱਲ ਰਿਹਾ ਜੋ ਕਿ ਅੱਜ ਦੀ ਡੇਟ ਦੇ ਵਿੱਚ ਵੀ ਤੜਦਲੇ ਨਾਲ ਕਾਰੋਬਾਰ ਚੱਲ ਰਿਹਾ ਪਿਛਲੀ ਦਿਨੀ ਚਿੱਟੇ ਦੇ ਕਾਰੋਬਾਰੀਆਂ ਤੇ ਹਿਮਾਚਲ ਪੁਲਿਸ ਵੱਲੋਂ ਕਾਫੀ ਕਾਰਵਾਈ ਕੀਤੀ ਗਈ ਚਿੱਟੇ ਦੇ ਪਰਚੇ ਵੀ ਦਿੱਤੇ ਗਏ ਸਨ ਔਰ ਅੱਜ ਦੀ ਗੱਲ ਕਰੀਏ ਤੇ ਅੱਜ ਵੀ ਚਿੱਟੇ ਦਾ ਨਸ਼ਾ ਜੋ ਕਿ ਢੱਲੇ ਨਾਲ ਚੱਲ ਰਿਹਾ ਔਰ ਕਾਫੀ ਲੰਬੇ ਸਮੇਂ ਤੋਂ ਹਿਮਾਚਲ ਸਰਕਾਰ ਵੱਲੋਂ ਤੇ ਹਿਮਾਚਲ ਪ੍ਰਸ਼ਾਸਨ ਵੱਲੋਂ ਕਾਫੀ ਕਾਰਵਾਈ ਵੀ ਕੀਤੀ ਗਈ ਪਰ ਜੋ ਚਿੱਟੇ ਦਾ ਨਸ਼ਾ ਹੈ ਉਹਦੇ ਕਾਰੋਬਾਰ ਨੂੰ ਕਿਤੇ ਬੰਦ ਕਰਨ ਵਿੱਚ ਹਿਮਾਚਲ ਸਰਕਾਰ ਤੇ ਹਿਮਾਚਲ ਪ੍ਰਸ਼ਾਸਨ ناکਾਮ ਜਾਵ ਰਿਹਾ ਹੈ ਤੇ ਅੱਜ ਗੱਲ ਕਰਾਂਗੇ ਚਿੱਟੇ ਦੇ ਨਸ਼ੇ ਨੂੰ ਲੈ ਕੇ ਕਿ ਚਿੱਟੇ ਦਾ ਨਸ਼ਾ ਜੋ ਕਿ ਨਵੇਂ-ਨਵੇਂ ਘਰਾਂ ਦੇ ਵਿੱਚ ਵਿਕ ਰਿਹਾ ਕਿਸ ਤਰੀਕੇ ਨਾਲ ਇਹਦੀ ਚੇਨ ਚੱਲ ਰਹੀ ਹੈ ਗੱਲਬਾਤ ਕਰਾਂਗੇ ਅਗਰ ਅੱਜ ਦੀ ਵੀ ਗੱਲ ਕਰੀਏ ਤੇ ਚਿੱਟੇ ਦਾ ਨਸ਼ਾ ਜੋ ਕਿ ਪੰਜਾਬ ਤੋਂ ਕਾਫੀ ਲੜਕੇ ਜੋ ਹਿਮਾਚਲ ਵਿੱਚ ਆਉਂਦੇ ਆ ਤੇ ਚਿੱਟੇ ਦਾ ਜੋ ਨਸ਼ਾ ਤੜੱਲੇ ਨਾਲ ਚੱਲ ਰਿਹਾ ਸਾਡੇ ਨਾਲ ਅੱਜ ਜੁੜੇ ਨੇ ਇਥੋਂ ਦੇ ਪ੍ਰਧਾਨ ਸੁਦੇਸ਼ ਠਾਕੁਰ ਜੀ ਜਿੰਨੇ ਨਾਲ ਗੱਲ ਕਰਾਂਗੇ ਔਰ ਪੁੱਛਾਂਗੇ ਨਾਲੋਂ ਕਿ ਜੋ ਚਿੱਟੇ ਦਾ ਨਸ਼ਾ ਹੈਗਾ ਕਿ ਕਿੱਥੋਂ ਤੱਕ ਨੱਥ ਪਈ ਹੈ ਘਟਿਆ ਜਾਂ ਉਸੇ ਤਰ੍ਹਾਂ ਹੀ ਚੱਲ ਰਿਹਾ ਹਾਂਜੀ ਅਗਰ ਚਿੱਟੇ ਦੇ ਨਸ਼ੇ ਦੀ ਗੱਲ ਕਰੀਏ ਕਿ ਉਹਦੀ ਚੇਨ ਤੋੜਨ 'ਚ ਹਿਮਾਚਲ ਪ੍ਰਸ਼ਾਸਨ ਕਾਮਯਾਬ ਰਿਹਾ ਜਾਂ ਉਸ ਤਰ੍ਹਾਂ ਹੀ ਚੱਲ ਰਿਹਾ ਇਹ ਸਾਰੇ ਉਸ ਤਰ੍ਹਾਂ ਚੱਲ ਰਿਹਾ ਕੰਮ ਰਾਤ ਵੇਲੇ ਡੀਐਸਪੀ ਸਾਹਿਬ ਆਏ ਆ ਕੋਈ 5:30 ਵਜੇ ਤੇ ਮਤਲਬ ਛਾਪਾ ਮਾਰਿਆ ਆ ਉਹ ਪਹਿਲੇ ਉਹਨਾਂ ਨੂੰ ਇਹਨਾਂ ਦੇ ਮੁਲਾਜ਼ਮ ਨੇ ਦੋ ਚਾਰ ਮੁਲਾਜ਼ਮ ਹੁੰਦੇ ਹੀ ਆ ਵਿੱਚ ਰਲੇ ਦੇ ਹੁੰਦੇ ਨਾਲ ਉਹਨਾਂ ਨੇ ਪਹਿਲੇ ਇਨਸ਼ਾਅਬਦਾਨ ਇਹਨਾਂ ਨੂੰ ਕਰਤਾ ਤੇ ਉਹ ਪਹਿਲੇ ਹੀ ਉਹਨਾਂ ਦਾ ਸਫਾਇਆ ਹੋ ਗਿਆ ਤੇ ਜਿਲ੍ਹਾ ਨੇ ਰੇਟ ਮਾਰਿਆ ਇੱਥੇ ਆ ਕੇ ਤੇ ਇਹਨਾਂ ਨੂੰ ਲੱਭਿਆ ਕੋਈ ਨਹੀਂ ਹੈਗਾ ਇੱਥੇ ਤੇ ਜੋ ਮੇਰੀ 24 ਘੰਟਿਆਂ ਤੇ ਨਜ਼ਰ ਟਿਕੀ ਰਹਿੰਦੀ ਮੈਂ ਨਜ਼ਰ ਨਾਲ ਆਪਣੇ ਨਾਲ ਦੇਖਣੀ ਆ ਸਾਢੇ 8 ਵਜੇ ਕੰਮ ਚਾਲੂ ਹੁੰਦਾ ਇੰਨਾ ਮੋਟਰਸਾਈਕਲ ਜਾਂਦਾ ਇਥੋਂ ਲੰਘ ਕੇ ਆਪਣੇ ਇਥੋਂ ਬਟਾਲੇ ਤੋਂ ਆਏਦੇ ਇੱਕ 바ਵਾ 바ਵਾ ਉਹਨੂੰ ਕਹਿੰਦੇ ਉਹ ਨਹੀਂ ਸੁਧਰੇ ਹੈਗਾ ਬਾਕੀ ਸੁਧਰੇ ਗਏ ਨੇ ਅੱਦੇ ਬੰਦੇ ਲੇਕਿਨ ਉਹਨੂੰ ਸ਼ਰਮ ਨਹੀਂ ਆਈ ਉਹ ਦੋ ਬੇਟੇ ਨੇ ਉਹਦੇ ਇੱਕ ਆਪਣਾ ਸੁਮਨ ਸੁਮਨ ਦੀ ਜਨਾਨੀ ਪਹਿਲਾਂ ਦਾ ਕਾਰੋਬਾਰ ਹੀ ਸ਼ਰਾਬ ਦਾ ਉਹ ਇਹਨਾਂ ਨੇ ਵੀ ਨਵਾਂ ਕਾਰੋਬਾਰ ਚਾਲੂ ਕੀਤਾ ਇਹਨਾਂ ਨੇ ਵੀ ਚਿੱਟਾ ਵੇਚਣਾ ਸ਼ੁਰੂ ਕਰਤਾ ਇਹਨਾਂ ਕਾ ਮੋਟਰਸਾਈਕਲ ਆਂਦਾ ਸਾਰਾ ਮੋਟਰਸਾਈਕਲ ਇਹਨਾਂ ਕੋਲ ਜਾਂਦਾ ਲੋ ਇਹਨਾਂ ਨੂੰ ਸ਼ਰਮ ਕਿਉਂ ਨਹੀਂ ਆਉਂਦੀ ਹੈਗੀ ਤੇ ਕੁਝ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਜੇ ਤੁਸੀਂ ਆਂਦੇ ਹੋ ਜਦ ਇਹਨਾਂ ਨੂੰ ਮੈਂ ਕਿਹਾ ਤੁਸੀਂ ਇੱਕ ਕਿਥੇ ਨਾਕਾ ਲਾ ਲਓ ਨਾਕਾ ਲਾਉਂਦੇ ਇਹਨਾਂ ਨੂੰ ਕੀ ਤਕਲੀਫ ਹੁੰਦੀ ਹੈਗੀ ਉਤੋਂ ਇਨੀ ਮਹਾਵਰੀ ਫੈਲੀ ਦੀ ਹੈ ਇਹਨਾਂ ਨੂੰ ਲੋਕਾਂ ਦੀ ਮਦਦ ਕਰਨੀ ਚਾਹੀਦੀ ਜੇ ਗਰੀਬਾ ਕਹਿੰਦੇ ਜੀ ਕਰੋਨੇ ਕੋਲੋਂ ਬਚੋ ਅੰਦਰ ਬੜੋ ਇਹਨਾਂ ਨੇ ਤਾਂ ਨਹੀਂ ਅੰਦਰ ਬਾੜਦੇ ਇਹਨਾਂ ਵਾਸਤੇ ਕਰੋ ਜਿਲੇ ਜਿਲੇ ਵੇਚਦੇ ਸ਼ਰਾਬ ਵੇਚਦੇ ਚ ਚਿੱਟਾ ਵੇਚਦੇ ਕਿੰਨਾ ਕਿਨਾ ਮੇਲਾ ਹੈ ਨਾ ਕਿੱਥਾ ਹੋ ਜਾਂਦਾ ਤੇ ਉੱਥੇ ਵੀ ਤਾਂ ਕਰੋਨਾ ਹੀ ਹੁੰਦਾ ਹੈ ਇਹ ਕਰੋਨੇ ਦਾ ਸਿਰਫ ਇਹਨਾਂ ਲੋਕਾਂ ਨੇ ਬਹਾਨਾ ਰੱਖੇਦਾ ਜਿਨ੍ਹਾਂ ਨੂੰ ਕਰੋਨਾ ਪੈਂਦਾ ਤਾਂ ਉਹਨਾਂ ਨੂੰ ਜਾ ਕੇ ਪੁੱਛੋ ਮੇਰੀ ਸੋਚ ਦੇ ਵਿੱਚ ਇਹਨਾਂ ਨੂੰ ਕੁਝ ਨਹੀਂ ਕੋਈ ਕਹਿਣ ਦੇਦਾ ਪਰ ਹਾਲੀ ਵੀ ਉਹੀ ਗੰਦ ਪੈਦਾ ਜਿੰਨਾ ਮੈਂ ਪਹਿਲੇ ਸੋਚਿਆ ਸੀ ਨਾ ਉਹਨਾਂ ਗੰਦ ਫੇਰ ਪੈ ਗਿਆਦਾ ਸਾਢੇ 8 ਵਜੇ ਕੰਮ ਚਾਲੂ ਹੁੰਦਾ ਤੇ ਸਾਢੇ 8 ਵਜੇ ਦੇ ਬਾਅਦ ਤੋਬਾ ਤੋਬਾ ਹੀ ਹੁੰਦੀ ਹੈ ਉਹਨ ਇੱਥੇ ਆਪਣਾ ਅਸ ਨਹੀਂ ਅਸ ਨਹੀਂ ਮੁੰਡਾ ਹੈ ਉਹਨੇ ਰੱਸੀ ਪਾਜਦੀ ਓਤੇ ਪਹਿਲੇ ਇਹ ਰੱਸੀ ਉੱਥੇ ਕਟਵਾਈ ਸੀ ਰੱਸੀ ਪਾਈ ਦੀ ਰੱਸੀ ਦੇ ਥਰੂ ਮਾਲ ਆਂਦਾ ਤੇ ਉਥੇ ਆਪਣਾ ਹੋਇਆ ਗੈਸ ਏਜੰਸੀ ਹੈ ਗੈਸ ਏਜੰਸੀ ਹਲੋਂ ਡਿੱਟਲ ਦੀ ਆਦਰੋਂ ਔਰ ਬਹੁਤ ਹੀ ਜ਼ਿਆਦਾ ਸ਼ਰਾਬ ਬਹੁਤ ਹੀ ਜ਼ਿਆਦਾ ਚਿੱਟਾ ਇਹ ਉਤਲੀ ਸਾਈਡ ਹੈ ਜੈ ਗੈਸ ਏਜੰਸੀ ਦੇ ਲੱਗੇ ਸਕੇ ਇੰਨਾ ਕਿ ਗੰਦ ਉਥੇ ਪੈਦਾ ਸਾਡੀ ਪੰਜਾਬ ਦੀ ਪੁਲਿਸ ਨੂੰ ਹੀ ਹੈਗਾ ਪਤਾ ਪੰਜਾਬ ਪੁਲਿਸ ਦਾ ਵੀ ਫਰਜ਼ ਬੰਦਾ ਹੀ ਜਾ ਕੇ ਉਥੇ ਦੇਖੀਏ ਮੈਨੂੰ ਤਾਂ ਇਹ ਕੁੱਤੇ ਸਮਝਦਾ ਬੇਕੋ ਜ ਸਮਝਿਆ ਬੇਕੋ ਜ ਜਨਾਨੀ ਜਿਹੜੀ ਬੋਲਦੀ ਹੈ ਪਰ ਮੈਂ ਬੋਲਦਾ ਹੀ ਰਹਿਣਾ ਮੈਨੂੰ ਰਾਜਨੀਤੀ ਨਾਲ ਕੋਈ ਮਤਲ ਨਹੀਂ ਮੇਰੀ ਰਾਜਨੀਤੀ ਇਹੀ ਬਹੁਤ ਵਧੀਆ ਹੈ ਔਰ ਮੈਂ ਬੋਲਾਂਗੀ ਜਦ ਤੱਕ ਮੈਂ ਜਿੰਦੀ ਰਵਾਂਗੀ ਮੈਂ ਬੋਲਾਂਗੀ ਮੇਰੀ ਪ੍ਰਸ਼ਾਸਨ ਹੈਗੇ ਹੀ ਬੈਂਦੀ ਹੈ ਪਰ ਨਜ਼ਰ ਖੋਲ ਕੇ ਚੰਗੀ ਤਰ੍ਹਾਂ ਦੇਖੋ ਨਾ ਗਰੀਬਾਂ ਦੇ ਬੱਚੇ ਮਾਰੋ ਕਰੋਨਾ ਤੇ ਮਾਰ ਨਹੀਂ ਦੇਦਾ ਤੁਸੀਂ ਨਾਲੋਂ ਕਿ ਮਰਵਾਂਦੇ ਦੇ ਬੱਚਿਆਂ ਨੂੰ ਇਹਨਾਂ ਨੇ ਚਾਹੀਦਾ ਜੇਕਰ ਆਪਾਂ ਨਾਕੇ ਦੀ ਗੱਲ ਕਰੀਏ ਤੁਸੀਂ ਕਿਹੜੇ ਨਾਕੇ ਦੀ ਗੱਲ ਕਰ ਰਹੇ ਹੋ ਕੀ ਕਿੱਥੇ ਨੱਕ ਲਗਾਉਣਾ ਚਾਹੀਦਾ ਸਰ ਮੈਂ ਕਹਨੀ ਬਨਾਕਾ ਇੱਥੇ ਲੱਗੇ ਆਪਣੇ ਰਵੀਦਾਸ ਦੇ ਮੰਦਰ ਲੱਗੇ ਜਿੱਥੇ ਪਹਿਲੇ ਲੱਗੇ ਸੀਗਾ ਇਹ ਕਿੱਥੇ ਲੱਗੇ ਤੇ ਕਿੱਥੇ ਲੱਗੇ ਜਿੱਥੇ ਸੁਮਨ ਦਾ ਡੇਰਾ ਹੈਗਾ ਨਾ ਇੱਥੇ ਲੱਗੇ ਨੇ ਸਾਸਿਆਂ ਦੇ ਘਰ ਦੇ ਵਿਚਕਾਰ ਦੇ ਵਿੱਚ ਲੱਗੇ ਇਹਨਾਂ ਨੂੰ ਕਾਹਦਾ ਡਰ ਹੈਗਾ ਮੁਲਾਜ਼ਮੋਂ ਕੇ ਡਰਦੇ ਮੈਂ ਤਾਂ ਇੱਕ ਲੇਡੀਸ ਹੈਗੀ ਆ ਮੈਂ ਨਹੀਂ ਇਹਨਾਂ ਕੋਲੋਂ ਡਰਦੀ ਇਹਨਾਂ ਨੂੰ ਕਾਹਦਾ ਡਰ ਲੱਗਦਾ ਇਹ ਪੱਤੀਆਂ ਪੁੱਤੀਆਂ ਲੈਂਦੇ ਉਹਨਾਂ ਨੂੰ ਤਾਂ ਡਰ ਲੱਗਦਾ ਨਹੀਂ ਜਦੋਂ ਫਿਰ ਮੈਂ ਬੋਲਨੀ ਆ ਫਿਰ ਕਹਿੰਦੇ ਜਨਾਨੀ ਇਹ ਗਲਤ ਬੋਲਦੀ ਹੈ ਮੈਂ ਡੀਐਸਪੀ ਸਾਹਿਬ ਅੱਗੇ ਹੀ ਬੇਨਤੀ ਕਰਨੀ ਚਾਹੀਦੀ ਆ ਪਰ ਸਰ ਮੈਂ ਤੁਹਾਡੀ ਸਿਫਤ ਬਹੁਤ ਸੁਣੀ ਹੈਗੀ ਆ ਪੇਨਾਂ ਥੋੜੀ ਨਿਕੈਲ ਕਸੂਰ ਗਲੇਰੀਆ ਸਾਹਿਬ ਵੀ ਬਹੁਤ ਵਧੀਆ ਨਾ ਬਹੁਤ ਵਧੀਆ ਕੰਮ ਕਰਦੇ ਨੇ ਪਰ ਇੰਨਾ ਕੁ ਮੇਰਾ ਦਾ ਸਾਥ ਦਿੱਤਾ ਔਰ ਸਾਡੀ ਪੰਜਾਬ ਦੀ ਪੁਲਿਸ ਨੇ ਵੀ ਥੋੜੀ ਨਿਕਲ ਢਿੱਲੀ ਛੱਡੀ ਦੀ ਹੈ ਜਿਹੜੇ ਪੁੱਲ ਤੋਂ ਮੋਟਰਸਾਈਕਲ ਆਉਂਦੇ ਕਿ ਪੁੱਛ ਨਹੀਂ ਸਕਦੇ ਨਾਕੇ ਤੂੰ ਪੇ ਤੂੰ ਇੱਧਰ ਕੀ ਲੈਣ ਜਾ ਰਹੇ ਹੋ ਇੱਥੇ ਕਿਹੜਾ ਮੇਲਾ ਲੱਗਿਆ ਜਿਹੜਾ ਤੁਸੀਂ ਦੇਖਣ ਜਾ ਰਹੇ ਹੋ ਲੋਕਾਂ ਨੂੰ ਗਲੀਆਂ-ਗਲੀਆਂ 'ਚ ਆ ਕੇ ਡਾਂਗਾ ਫੇਰਦੇ ਆ ਤੇ ਗੰਧੀ ਚੌਂਕ ਦੇ ਵਿੱਚ ਨਸ਼ਾ ਵੇਚਣ ਦੇ ਦਾ ਆਪਣੇ ਪਟੇਲ ਚੌਂਕ ਜਿੱਥੇ ਪਾਰਕ ਹੈ ਪਾਰਕ ਦੇ ਵਹਿ ਸਕਦੇ ਨਸ਼ਾ ਵੇਚਣ ਦੇ ਦਾ ਮੁੰਡੇ ਉੱਥੋਂ ਲੈ ਲੈ ਕੇ ਨਸ਼ਾ ਆਉਂਦੇ ਨਾ ਇਹ ਨਹੀਂ ਪ ਕਿਉਂ ਨਹੀਂ ਲੱਗਦਾ ਪੁਲਿਸ ਨੂੰ ਪਤਾ ਸਾਰਾ ਪੁਲਿਸ ਨੂੰ ਪਤਾ ਹੈਗਾ ਜਿਹੜੇ ਵੱਡੇ ਅਫਸਰ ਹੈ ਨਾ ਉਹਨਾਂ ਨੂੰ ਨਹੀਂ ਪਤਾ ਕਿ ਜਿਹੜੇ ਨਿੱਕੇ ਨਿੱਕੇ ਬੱਕਰੇ ਨੇ ਅੱਗੇ ਰੱਖੇ ਸੀ ਇਹਨਾਂ ਨੂੰ ਸਾਰਾ ਪਤਾ ਹੈਗਾ ਮੈਂ ਦੁਖੀ ਹੋ ਕੇ ਗਲਤ ਬੋਲ ਰਹੀ ਹਾਂ ਉਹਨੂੰ ਇਦਾਂ ਮੈਂ ਨਹੀਂ ਬੋਲਦੀ ਹੈਗੀ ਤੇ ਮੈਂ ਪੰਜ ਮਾਹ ਚੱਲਦੇ ਪ੍ਰਸ਼ਾਸਨ ਨੇ ਕਿ ਵੀ ਬੇਨਤੀ ਕਰਨੀ ਹੈ ਪੰਜਾਬ ਦੇ ਕਿ ਵੀ ਬੇਨਤੀ ਕਰਨੀ ਹੈ ਬੱਚੇ ਬਚਦੇ ਤਾਂ ਬਚਾ ਲੋ ਇਹਨਾਂ ਤੇ ਕਾਰਵਾਈ ਕਰੋ ਚੰਗੀ ਢੱਟ ਕੇ ਜੇ ਤੁਸੀਂ ਨੌਕਰੀ ਸੰਭੀ ਤੇ ਢੱਟ ਕੇ ਕਾਰਵਾਈ ਕਰੋ ਮੈਂ ਤੁਹਾਡੇ ਕੋਲ ਕੁਝ ਨਹੀਂ ਲੈਣਾ ਮੈਂ ਇਹੀ ਚਾਹਨੀ ਬੱਚੇ ਬਚੇ ਰਹਿਣ ਜੇਕਰ ਗੱਲ ਕਰੀਏ ਚਿੱਟੇ ਦਾ ਨਸ਼ਾ ਕਰਨ ਜੋ ਇਧਰ ਜਾਂਦੇ ਆ ਹਿਮਾਚਲ ਵਿੱਚ ਇਹ ਕਿੱਥੋਂ ਦੇ ਜੜੇ ਹੁੰਦੇ ਆ ਇਹ ਸਾਰੇ ਸਾਡੇ ਪੰਜਾਬ ਦੇ ਮੁੰਡੇ ਜਾ ਰਹੇ ਆ ਜ਼ਿਆਦਾ ਇੱਥੇ ਆਪਣਾ ਸ਼ਿਵਜੀ ਦਾ ਮੰਦਿਰ ਹੈਗਾ ਸਾਡਾ ਸ਼ਿਵਜੀ ਦਾ ਮੰਦਿਰ ਲਾਗੇ ਲੋਕਾਂ ਨੇ ਕੈਮਰੇ ਵੀ ਲਾ ਲਿਆ ਤਾਂ ਵੀ ਲੋਕਾਂ ਨੂੰ ਸ਼ਰਮ ਨਹੀਂ ਆ ਗਈ ਮੁੰਡੇ ਦੋ ਚਾਰ ਨੇ ਸਾਡੇ ਸੈਲੀਆਂ ਕੋਲੋਂ ਇਹ ਤੋਂ ਮਾਲ ਲੈਂਦੇ ਆ ਮੁੰਡਿਆਂ ਕੋਲੋਂ ਪੈਸੇ ਇਕੱਠੇ ਕਰਦੇ ਆ ਪੈਸੇ ਇਕੱਠੇ ਕਰਕੇ ਤੇ ਫਿਰ ਉਹਨਾਂ ਨੇ ਹੱਥਾਂ ਦੇ ਮੁਠਾਂ ਦੇ ਵਿੱਚ ਮਾਲ ਫੜਾਉਂਦੇ ਆ ਮਾਲ ਚਿੱਤੇ ਲਿਆ ਕੇ ਦਿੰਦੇ ਨੇ ਔਰ ਤਨ ਨੂੰ ਕੁਝ ਲੈ ਕੇ ਦਿੰਦੇ ਇੱਕ ਮੈਨੂੰ ਕੱਲ੍ਹ ਜੇ ਲੇਡੀਜ਼ ਚਾਰ ਲੇਡੀਜ਼ ਆਈਆਂ ਆਪਾਂ ਮਿਸ਼ਾਨ ਘਰ ਦੇ ਬੈਕਸਾਈਡ ਝੁਗੀ ਆਈ ਇੱਕ ਜਿੰਨਾ ਮੁੰਡਾ ਸਾਡੇ ਸੈਲੀਆਂ ਕੁਲੀਆਂ ਦਾ ਚਾਰ ਪੰਜ ਮੁੰਡੇ ਸਹਿਰ ਦੇ ਆਂਦੇ ਆ ਸਾਰਾ ਨਸ਼ਾ ਉੱਤੇ ਝੁਗੀ ਦੇ ਵਿੱਚ ਝੋ ਉੱਥੇ ਪ੍ਰਸ਼ਾਸਨ ਪੂਰੀ ਦਿਨ ਰਹਿੰਦਾ ਪੁਲ ਤੇ ਉੱਥੇ ਨਹੀਂ ਨਾ ਜ ਨਹੀਂ ਪ੍ਰਸ਼ਾਸਨ ਮਾਰਦਾ ਉੱਥੇ ਮੈਂ ਥੋੜੀ ਦੇਖਣ ਜਾਣਾ ਜੇਕਰ ਗੱਲ ਕਰੀਏ ਸ਼ਹਿਰ ਦੀ ਪਠਾਨਕੋਟ ਸ਼ਹਿਰ ਦੀ ਪਠਾਨਕੋਟ ਸ਼ਹਿਰ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਗਾਂਧੀ ਚੌਂਕ ਦੇ ਲਾਗੇ ਚਿੱਟੇ ਦਾ ਨਸ਼ਾ ਵਿਕਦਾ ਹੈ ਔਰ ਇੱਥੇ ਸੈਲੀ ਰੋਡ ਤੇ ਪਾਰਕ ਲਾਗੇ ਚਿੱਟੇ ਦਾ ਨਸ਼ਾ ਵਿਕਦਾ ਹੈ ਐ ਤਾਂ ਪੰਜਾਬ ਦੀ ਹੱਦ ਗਈ ਹੈ ਇੱਥੇ ਤੇ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਇਹ ਤਾਂ ਸਾਡੀ ਪੰਜਾਬ ਦੀ ਪੁਲਿਸ ਨੂੰ ਚਾਹੀਦਾ ਇਹ ਸਾਡੀ ਪੰਜਾਬ ਦੀ ਪੁਲਿਸ ਨੇ ਕਰਨਾ ਚਾਹੀਦਾ ਮਾਚਲ ਦੀ ਪੁਲਿਸ ਦਾ ਮਾਚਲ 'ਚ ਕੰਮ ਹੈ ਤਾਂ ਪੰਜਾਬ ਦੀ ਪੁਲਿਸ ਦਾ ਪੰਜਾਬ ਚ ਕੰਮ ਠੀਕ ਹੈ ਇਹਨਾਂ ਨੇ ਮੈਂ ਬਾਰ ਬਾਰ ਖਵਲਾਂ ਨੇ ਤਾਂ ਮੈਨੂੰ ਕਹਿੰਦੇ ਮੈਡਮ ਜੀ ਤੁਸੀਂ ਪਹਿਲੇ ਖਬਰ ਦੇ ਕੇ ਫਿਰ ਲਾਏ ਕਰੋ ਮੈਂ ਕਿਹਾ ਸਰ ਮੈਂ ਦੇਖਣੀ ਚੱਲੇ ਲੋਕਾਂ ਦੇ ਨੌਜਵਾਨ ਬੱਚਿਆਂ ਦੀ ਡੈੱਡ ਬੋਡੀਆਂ ਚੁਕਰੀਆਂ ਮੈਨੂੰ ਪਤਾ ਹੈ ਮੈਂ ਹੀ ਜਨਾਨੀ ਇਕੱਲੀ ਰਹੀਆਂ ਇਸਾਲੀਆਂ ਕੁਲੀਆਂ ਦੇ ਚੋਰ ਕੋਈ ਜਨਾਨੀ ਨਹੀਂ ਹੈਗੀ ਫਿਰ ਸਾਡੇ ਪਿੰਡ ਦੇ ਮੋਹਤਬਰ ਜਿਹੜੇ ਉਹ ਪਤਾ ਕੀ ਕਹਿੰਦੇ ਆ ਨਾ 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 ਕੋਰੋਨਾ ਐਦਾ ਹੀ ਨਹੀਂ ਜਾਣਾ ਬਿਲਕੁਲ ਨਹੀਂ ਜਨਾਨੀ ਦੇ ਨਾਲ ਤੁਸੀਂ ਜਾਇਓ ਕੱਲ ਨੂੰ ਤੁਸੀਂ ਐ ਨਹੀਂ ਮਰਨਾ ਚਾਹੇ ਨਹੀਂ ਮਰਨਾ ਮਰਨਾ ਤਾਂ ਸਾਰੇ ਉੱਥੇ ਉੱਥੇ ਹੀ ਜਾਣਾ ਇੱਕ ਜਗ੍ਹਾ ਹੀ ਜਾਣਾ ਤੁਸੀਂ ਨਾਲੋ ਕਿ ਮੇਰਾ ਸਾਥ ਦੇਣਾ ਚਾਹੀਦਾ ਹੈ ਸਾਥ ਦੇਣ ਦੀ ਵਜ੍ਹਾ ਜਨਾਨੀ ਨੂੰ ਰੋਕਦੇ ਆਂ ਭੀ ਜਨਾਨੀ ਦੇ ਨਾਲ ਚੱਕੀ ਨੂੰ ਤੁਸੀਂ ਜਾਣਾ ਚਲੋ ਜੇ ਮੇਰੀ ਬਦੀ ਦੀ ਇਹਨਾਂ ਤੇ ਮੈਂ ਵੱਜ ਜਾਣੀ ਦੀ ਜੇ ਮੈਂ ਬੱਚੇ ਲੋਕਾਂ ਦੇ ਚੋਕੇ ਸਾਡਾ ਤੇ ਲਾਵਾਂਗੇ ਚਲੋ ਨਹੀਂ ਗਤੀ ਹੁਣੀ ਹੈ ਉਹਨਾਂ ਦੀ ਕਿਤੇ ਕਿਨਾਰੇ ਲੱਗ ਜਾਣਗੇ ਗਰੀਬ ਦੇ ਬੱਚੇ ਗਰਾਈਆਂ ਕਰ ਕਰਕੇ ਮੈਂ ਲੋਕਾਂ ਦੇ ਬੱਚਿਆਂ ਦਾ ਸੰਸਕਾਰ ਕਰਵਾਨੀ ਆ ਕੀ ਕਰਨਾ ਹੈ ਪਿੰਡ ਦੇ ਮੋਹਤਬਾਰਾਂ ਨੂੰ ਜੇਕਰ ਗੱਲ ਕਰੀਏ ਚਿੱਟੇ ਦੇ ਨਸ਼ੇ ਦੀ ਪਹਿਲੇ ਨਾਲੋਂ ਚਿੱਟੇ ਦਾ ਨਸ਼ੇ ਦਾ ਕਾਰੋਬਾਰ ਵਧਿਆ ਜਾਂ ਥੋੜਾ ਘਟ ਹੋਇਆ ਸਾਰੇ 6-7 ਮਹੀਨੇ ਬਹੁਤ ਜ਼ਿਆਦਾ ਫਰਕ ਕਰ ਰਿਹਾ ਉਹਨੇ ਫਿਰ 2 ਮਹੀਨੇ ਹੋ ਗਏ ਫਿਰ ਕੰਮ ਚਾਲੂ ਹੋ ਗਿਆ ਮੈਨੂੰ ਸਾਂਸਿਆਣੀ ਨੇ ਇੱਕ ਨੇ ਕਿਹਾ ਸੀ ਕਿ ਇਹ ਮੁੰਡਿਆ ਸਨਿਆ ਭੇਜ ਆਹੀ ਕਹਿੰਦੇ ਪੰਜਾਬ ਮਾਚਲ ਦੇ ਪੁਲਸਾਂ ਦੇ 3-4 ਮਲਾਜਮ ਹੈ ਉਹ ਸਾਡੇ ਕੋਲ ਹੈਲਮਟ ਲਾ ਕੇ ਆਂਦੇ ਆ ਸਾਨੂੰ ਕਹਿੰਦੇ ਮੈਡਮ ਜੀ ਸਾਨੂੰ ਕਮਿਸ਼ਨ ਦੇਈ ਚਲੋ ਤੁਸੀਂ ਅਸੀਂ ਤੁਹਾਡਾ ਨਾਂ ਨਹੀਂ ਕਿਤੇ ਲਾਵਾਂਗੇ ਨਾ ਹੀ ਤੁਹਾਡੀ ਗੱਲ ਕਰਾਂਗੇ ਤੇ ਮੈਂ ਆਪਣੇ ਡੀਐਸਪੀ ਸਾਹਿਬ ਨੂੰ ਇਹੀ ਵਾਰ-ਵਾਰ ਕਹਿ ਰਹੀ ਜਾਨੀ ਸਰ ਇਹਨਾਂ ਤੇ ਨਕੇਲ ਕੱਸੀ ਜਾਏ ਤੁਹਾਡੇ ਵੀ ਬੱਚੇ ਹੋਣੇ ਅੱਜ ਤੁਸੀਂ ਲੋਕਾਂ ਦੇ ਬੱਚਿਆਂ ਦੇ ਪੈਸੇ ਲੈ ਲੈ ਕੇ ਤੇ ਲੋਕਾਂ ਨੂੰ ਤੁਸੀਂ ਉਹਨਾਂ ਨੂੰ ਤੁਸੀਂ ਕਹਿੰਦੇ ਚਿੱਟਾ ਵੇਚੋ ਜੇ ਜੇ ਲੋਕਾਂ ਦੇ ਬੱਚੇ ਮਾਰਨੇ ਤੇ ਕੱਲ ਤੁਹਾਡੇ ਤੇ ਹੋ ਸਕਦਾ ਕੁਝ ਤੁਹਾਡੇ ਲਈ ਵੀ ਕੁਝ ਹੋ ਸਕਦਾ ਨਹੀਂ ਹੋ ਸਕਦਾ ਇਹ ਤੇ ਇਹਨਾਂ ਨੂੰ ਚਾਹੀਦਾ ਨਾ ਉਹ ਤੋਂ ਡੀਐਸਪੀ ਸਾਹਿਬ ਮੇਰੇ ਕੋਲ ਆਏ ਹੀ ਬਹੁਤ ਅੱਛੇ ਮੇਰੇ ਨਾਲ ਗੱਲਾਂ ਕੀਤੀਆਂ ਬਹੁਤ ਵਧੀਆ ਉਹਨਾਂ ਕਿਹਾ ਸੀ ਕਿ ਮੈਡਮ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਹਾਡੇ ਪਿੱਛੇ ਲੇਡੀਜ਼ ਨਹੀਂ ਜਾਂਦੇ ਮੈਂ ਕਿਹਾ ਸਰ ਮੇਰੇ ਪਿੱਛੇ ਕੋਈ ਨਹੀਂ ਜਾਂਦਾ ਮੈਂ ਕੱਲੀ ਚੱਲਦੀ ਹਾਂ ਮੈਂ ਹੀ ਚੱਲਦੀ ਹਾਂ ਜੇ ਲੋਕਾਂ ਦੇ ਬੱਚੇ ਹੋ ਮੇਰੇ ਬੱਚੇ ਸਰ ਮੈਂ ਬਾਰ ਬਾਰ ਇਹੀ ਗੱਲ ਕਹਿੰਨੀ ਆ ਉਹ ਲੋਕਾਂ ਦੇ ਬੱਚੇ ਨਹੀਂ ਹੈਗੇ ਮੇਰੇ ਬੱਚੇ ਹੈ ਕਈ ਬੱਚੇ ਤਾਂ ਮੈਨੂੰ ਅੱਗੇ ਕਹਿੰਦੇ ਭੂਆ ਜੀ ਪੈਣੀ ਪੇ ਉਹ ਗੁੱਸੇ ਨਾਲ ਪੈਰਾ ਪਾਉਣੇ ਸਾਡੇ ਦੇ ਤੇ ਸਾਨੂੰ ਭੂਆ ਚਿੱਤੇ ਵਾਸਤੇ ਕਿ ਜੇ ਗੱਲ ਕਰੀਏ ਕੈਪਟਨ ਸਰਕਾਰ ਦੀ ਕੈਪਟਨ ਸਰਕਾਰ ਨੇ ਕਿਹਾ ਹੈ ਅਗਰ ਮੇਰੀ ਸਰਕਾਰ ਬਣੀ ਤੇ 4 ਹਫਤਿਆਂ ਚ ਜਿਹੜਾ ਨਸ਼ਾ ਜੜ ਤੋਂ ਖਤਮ ਕੀਤਾ ਜਾਏਗਾ ਔਰ ਗੁਟਕਾ ਸਾਦੀ ਸੌਂਖਾ ਕੇ ਉਹਨਾਂ ਨੇ ਕਿਹਾ ਹੀ ਕਿ 4 ਹਫਤੇ ਜਹੀ ਨਸ਼ਾ ਖਤਮ ਕੀਤਾ ਜਾਏਗਾ ਕੀ ਕਿੱਥੋਂ ਤੱਕ ਸਹੀ ਰਿਹਾ ਸਰ ਕੋਈ ਸਹੀ ਨਹੀਂ ਰਿਹਾ ਜਦੋਂ ਤੇ ਉਹਨਾਂ ਕਸਮਾਂ ਪਾ ਕੇ ਕਿਹਾ ਨਾ ਸੋ ਕੋਈ ਵਧੀਆ ਕੰਮ ਘਟਿਆ ਨਹੀਂ ਹੈਗਾ ਕਿਸੇ ਵੀ ਸਰਕਾਰ ਨੇ ਨਹੀਂ ਵਧੀਆ ਕੰਮ ਕੀਤਾ ਨਾ ਬੀਜੇਪੀ ਨੇ ਤੇ ਨਾ ਕਾਂਗਰਸ ਨੇ ਜੇ ਚਾਣ ਤੇ ਕਰਨ ਇਹ ਵਾਸਤੇ ਆਪਣੀਆਂ ਜਿੱਦੋ ਜਿੱਦੋ ਚੱਲੇ ਦੇਣਾ ਸਾਨੂੰ ਕੁਰਸੀ ਮਿਲ ਜਾਏ ਇਹਨੂੰ ਕੁਰਸੀ ਮਿਲ ਜਾਏ ਇਹਨਾਂ ਨੂੰ ਕੁਰਸੀਆਂ ਦਾ ਫਿਕਰ ਆ ਗਿਆ ਪਾਵਲ ਲਗਾ ਦਾ ਫਿਕਰ ਨਹੀਂ ਹੈਗਾ ਪਾਵਲ ਲਗਾ ਦਾ ਫਿਕਰ ਉਸ ਟਾਈਮ ਹੁੰਦਾ ਜਿੱਦਾਂ ਮੈਨਾਂ ਨੂੰ ਵੋਟ ਲੈਣੇ ਹੁੰਦੇ ਆ ਠੀਕ ਹੈ ਕੋਈ ਸਰਕਾਰ ਨਹੀਂ ਚੰਗੀ ਆਈ ਨਹੀਂ ਕੈਪਟਨ ਚੰਗਾ ਤੇ ਨਹੀਂ ਦੂਜਾ ਚੰਗਾ ਸਾਡੇ ਲਈ ਕੋਈ ਸਰਕਾਰਾਂ ਨਹੀਂ ਚੰਗੀ ਆਈਆਂ ਸਾਡੇ ਲਈ ਸਰਕਾਰ ਉਹ ਚੰਗੀ ਹੈ ਪਹਿਲੇ ਇਹਨੇ ਬੱਚਿਆਂ ਦੀ ਸੇਫਟੀ ਕੀਤੀ ਜਾਏ ਇਹ ਚਿੱਟਾ ਬੰਦ ਕਰਵਾਇਆ ਜਾਏ ਇਹ ਸਰਕਾਰਾਂ ਬਣੀਆਂ ਤੇ ਚਿੱਟੇ ਲਗਿਆਣ ਪਹਿਲੇ ਕਿਉਂ ਨਹੀਂ ਚਿੱਟੇ ਆਏ ਇੱਥੇ ਇਹਨੇ ਕਿਲਾ ਦੇ ਨਹੀਂ ਕੱਸਣੀਆਂ ਨਾ ਕੈਪਟਨ ਨੇ ਕੀ ਕੀਤਾ ਦੱਸੋ ਤੁਸੀਂ ਕੈਪਟਨ ਨੇ ਕੀ ਕੀਤਾ ਕੈ ਪਰ ਨੌਕਰੀਆਂ ਦੇਵਾਂਗਾ 스마트 ਫੋਨ ਦੇਵਾਂਗਾ ਤੇ ਮੈਂ ਤਾਂ ਬਾਰ ਬਾਰ ਕਹਿੰਨੀ ਆ 스마트 ਫੋਨ ਦੀ ਜਗ੍ਹਾ ਟੀਕੇ ਤੇ ਨੌਕਰੀ ਦੀ ਜਗ੍ਹਾ ਚਿੱਟਾ ਬਹੁਤ ਵਧੀਆ ਨੌਕਰੀਆਂ ਉਹਨੇ ਦਿੱਤੀਆਂ ਇਹ ਨੌਕਰੀਆਂ ਜ਼ਿੰਦਗੀ ਚ ਨਹੀਂ ਮੈਂ ਭੁੱਲ ਸਕਦੀ ਇਹ ਹੱਥ ਨਾਲ ਮੈਂ 200 ਮੁੰਡਾ ਚਗਾਇਆ ਚੱਕੀ ਦੇ ਵਿੱਚੋਂ ਤੁਸੀਂ ਵੀ ਖੁਦ ਜ਼ਿੰਮੇਵਾਰ ਤੁਸੀਂ ਵੀ ਦੇਖਿਆ ਮੈਨੂੰ ਕੋਈ ਜਨਾਨੀ ਸਹਾਲੀਆਂ ਦੇ ਕੁਲੀਆ ਵਿੱਚ ਮਾਂ ਦੀ ਧੀ ਹੋਈ ਕਿ ਜਿਹਨੇ ਜਨਮ ਲੇਦਾ ਹੋਏਗਾ ਜਿਹੜੀ ਇਹ ਜਨਾਨੀ ਨੇ ਦਾਗ ਰਾ ਕੇ ਚੱਕੀ ਨੂੰ ਡੈੱਡ ਬੋਡੀਆਂ ਚਗਾਈਆਂ ਸਿਹਦੇਸ਼ ਟਾ ਕੇ ਨੇ ਚਗਾਈਆਂ ਜਿਵੇਂ ਗੱਲ ਕੀਤੀ ਜਾਏ ਚੱਕੀ ਦਰਿਆ ਦੀ ਚੱਕੀ ਦਰਿਆ ਜਿਹੜਾ ਸੈਲੀ ਰੋਡ ਦਾ ਏਰੀਆ ਪੈਂਦਾ ਐ ਡਿਵੀਜ਼ਨ ਨੰਬਰ 2 ਦਾ ਏਰੀਆ ਪੈਂਦਾ ਇੱਥੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਕੱਚੀ ਸ਼ਰਾਬ ਵੇਚੀ ਜਾਂਦੀ ਹੈ ਕੀ ਉਹ ਕੰਮ ਹਜੇ ਵੀ ਉਸ ਤਰ੍ਹਾਂ ਹੀ ਚੱਲਦਾ ਪਿਆ ਹਾਂਜੀ ਸਰ ਇਹ ਉਸ ਤਰ੍ਹਾਂ ਹੀ ਚੱਲ ਰਿਹਾ ਜਿਸ ਤਰ੍ਹਾਂ ਪਹਿਲੇ ਚੱਲਦਾ ਸੀ ਨਾ ਉਹ ਸ਼ਰਾਬ ਉਤੋਂ ਇੰਨੀ ਕਿ ਜ਼ਿਆਦਾ ਸ਼ਰਾਬ ਉਤੋਂ ਵੀ ਆਂਢੀ ਇਧਰ ਵੀ ਆ ਰਹੀ ਹੈ ਇਹ ਰਾਣੀ ਕੋਲੋਂ ਸ਼ਰਾਬ ਆਂਢਦੀ ਹੈ ਇਧਰ ਆਪਣੇ ਇੱਧਰ ਦੋ ਘਾਤ ਦੋ ਚਾਰ ਘਰ ਮਣਾ ਨਾ ਨਹੀਂ ਲੈਣਾ ਚਾਹਦੀ ਸਵੇਰੇ ਆ ਕੇ ਮੇਰੇ ਘਰ ਡੇਰਾ ਲਾਣ ਦੇ ਮਾਫੀਆਂ ਮੰਗਣ ਆ ਪੰਦੇ ਆ ਕੇ ਠੀਕ ਹੈ ਮੈਂ ਤਾਂ ਕਹਿੰਨੀ ਪਰ ਮਾਫਤ ਤੁਹਾਨੂੰ ਇਹੋ ਜੀ ਮਾਫੀਆਂ ਜੀ ਲੈ ਲੇ ਤੁਹਾਡੇ ਵੀ ਮਰਨ ਤੇ ਅਸੀਂ ਵੀ ਦੇਖੇ ਵੀ ਤੁਹਾਡੇ ਵੀ ਮਰੇ ਨਾ ਅੱਜ ਤੇ ਅਸੀਂ ਲਗੇ ਅੱਜ ਤੋਂ ਅੱਜ ਮਾਫੀਆਂ ਮੰਗਿਆ ਲੈ ਲੋਕਾਂ ਕੋਲੋਂ ਤੇ ਸਾਡੇ ਅਸੀਂ ਸਾਡੇ ਇਹਨਾਂ ਨੇ ਸਾਰੇ ਮੁੱਦਾ ਚੁੱਕਿਆ ਸਾਡੇ ਤੇ ਤੇ ਅਸੀਂ ਵੀ ਦਾਤੇ ਚੁੱਕਿਆ ਠੀਕ ਹੈ ਸ਼ਰਾਬ ਉਹੀ ਵਿਕੰਡੇ ਦੀ ਹੈ ਇੰਨੀ ਜਿਆਦਾ ਨਹੀਂ ਸ਼ਰਾਬ ਇੱਥੇ ਵਿਕੰਡੇ ਦੀ ਹੈ ਮੇਰੇ ਘਰ ਦੇ ਥੱਲੇ ਤੇ ਉਤਲੀ ਸਾਈਡ ਵੀ ਮੈਂ ਤੁਹਾਨੂੰ ਕਹਿਣਾ ਅਸ ਨਹੀਂ ਅਸ ਦੀ ਮੁੰਡਾ ਸ਼ਰਾਬ ਦਾ ਉਹਨੇ ਬਹਾਨਾ ਰੱਖਿਆ ਜਿਆਦਾ ਚਿੱਟਾ ਹੀ ਆਂਡ ਰੋ ਦੇ ਦੱਸੀ ਦੇ ਵਿੱਚ ਤੇ ਇਹ ਤਾਂ ਸਾਡੀ ਪ ਕਿੱਤੇ ਦੀ ਦੂਰ ਆ ਪੰਜਾਬ ਪਾਲਸ ਦਾ ਰਸਤਾ ਗੈਸ ਏਜੰਸੀ ਲੱਗੀ ਹੈ ਗੈਸ ਏਜੰਸੀ ਦੇ ਲਾਗੇ ਚੱਕਰ ਤੇ ਲਾ ਸਕਦੇ ਆ ਨਾ ਜਿਹੜੀ ਸ਼ਰਾਬ ਦੀ ਸਪਲਾਈ ਹੈ ਹਾਂਜੀ ਸ਼ਪਰਾ ਸ਼ਰਾਬ ਦੀ ਸਪਲਾਈ ਦਾ ਜਿਹੜੀ ਮੇਨ ਚੇਨ ਹੈਗੀ ਆ ਹਾਂਜੀ ਉਹ ਉਹ মিডিਆ ਵਾਲੇ ਆਏ ਨੇ ਤੂੰ ਘਰ ਜਾਣਾ ਦੇ ਤੇ ਲੈ ਆ ਸਾਮਾਨ ਚੁੱਕ ਕੇ ਲੈ ਜਾ ਉਹ ਠੀਕ ਜੇ 2 ਮਿੰਟ ਬਾਅਦ ਚ ਕਰੀ ਗੱਲ মিডিਆ ਵਾਲੇ ਆ ਦੇ ਮੈਂ ਗੱਲ ਕਰਨੀ 2 ਮਿੰਟ ਬਾਅਦ ਚ ਕਰ ਬਾਅਦ ਚ ਕਰਨੀ ਤੇਨ ਹਾਂਜੀ ਗੱਲ ਕਰੀਏ ਛੱਟਾ ਦੀ ਸ਼ਰਾਬ ਦੀ ਜੋ ਕੱਚੀ ਸ਼ਰਾਬ ਜਿਹੜੀ ਹਿਮਾਚਲ ਤੋਂ ਪੰਜਾਬ ਚ ਆਂਦੀ ਹੈ ਉਹਦੀ ਚੇਨ ਕੀ ਹੈ ਕਿਸ ਤਰ੍ਹਾਂ ਇੱਥੇ ਪਹੁੰਚਦੀ ਹੈ ਇਹ ਚੇਨ ਹੈ ਜੀ ਇਹਨਾਂ ਦੇ ਰਸਤੀਆ ਪਾਈ ਦੀਆਂ ਨਾ ਉਹ ਤੁਣ ਕੇ ਨਾ ਵੀ ਗੈਸੈਂਸੀ ਦੇ ਸਾਹਮਣੇ ਦੱਸੀ ਪਈ ਦੀ ਹੈ ਘੱਟੋ ਘੱਟ 3 ਕਿਲੋ ਲੀਟਰ ਮੀਟਰ ਲੰਮੀ ਰੱਸੀ ਨਾ ਰੱਸੀ ਹੁੰਦੀ ਹੈ ਜਿਹੜੀ ਉਹ ਪੇਦੀ ਹੈ ਉਹਦੇ ਥਰੂ ਇਹ ਡਬਲ ਲਫਾਫਾ ਪਾਇਦਾ ਉਹਦੇ ਵਿੱਚ ਪੈਸੇ ਪਾ ਕੇ ਭੇਜਿਆ ਫਿਰ ਉਹਦੇ ਥਰੂ ਰੱਸੀ ਦੀ ਸ਼ਰਾਬ ਆਂਦੀ ਹੈ ਅੱਧਾ ਚਿੱਟਾ ਦਾਦੀ ਸ਼ਰਾਬ ਠੀਕ ਹੈ ਸਾਮੀ ਤੁਸੀਂ ਦੇਖੋ ਨਾ ਤੇ ਚੁੱਕ ਚੁੱਕ ਕੇ ਬੰਦਿਆਂ ਨੂੰ ਜਨਾਨੀਆਂ ਘਰ ਲਿਆ ਦਿੰਦੀਆਂ ਨੇ ਜਿਹੜੀ ਹਾਲਾਤਾਂ ਦੀ ਸਾਮੀ ਹੁੰਦੀ ਹੈ ਠੀਕ ਹੈ ਅਸਲੀ ਸ਼ਰਾਬ ਨਹੀਂ ਵੇਕਣ ਦੀ ਕੀ ਪਤਾ ਕੀ ਕੀ ਮਿਲਾ ਕੇ ਦਿੰਦੇ ਨੇ ਲੋਕਾਂ ਨੂੰ ਇਹ ਜਦੋਂ ਮੈਂ ਇਹਨਾਂ ਨੂੰ ਇੱਥੇ 150 ਬੋਤਲ ਫੜ ਕੇ ਦਿੱਤੀ ਹੈ ਕੀ ਕੀਤਾ ਇਹਨਾਂ ਨੇ ਕੀ ਪਤਾ ਸਾਨੂੰ ਕਿਹੜੇ ਖੂਦ ਦੇ ਵਿੱਚ ਜਾਂ ਕਿਹੜੇ ਨਾਲੇ ਜੁੱਟੇ ਸ਼ਰਾਬ ਕੋਈ ਕਾਰਵਾਈ ਨਹੀਂ ਕੀਤੀ ਉਹ ਸ਼ਰਾਬ ਦੀ ਇਹਨਾਂ ਨੇ ਮੌਕੇ ਦੀ ਸ਼ਰਾਬ ਫੜਾਈ ਹੈ ਮੌਕੇ ਦੀ ਮੈਂ মিডিਆ ਬੁਲਾਈ ਹੈ ਉੱਥੇ ਤੇ ਮੌਕੇ ਦੀ ਪੁਲਿਸ ਵੀ ਆਈ ਹੈ ਲਫਾਫੇ ਬੋਰੀ ਚ ਪਾ ਕੇ ਲੈ ਗਏ ਮੈਨੂੰ ਨਹੀਂ ਪਤਾ ਨਾ ਕੀ ਕੀਤਾ ਕੀ ਨਹੀਂ ਕੀਤਾ ਜਿਹੜੀ ਸ਼ਰਾਬ ਦੀ ਸਪਲਾਈ ਹੁੰਦੀ ਹੈ ਜਿ ਕਿ ਇਹ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਨਹੀਂ ਹੈ ਹੈ ਗਈ ਆ ਮਾ ਜਲਦੀ ਪੁਲਿਸ ਦੀ ਵੀ ਆ ਪੰਜਾਬ ਦੀ ਪੁਲਿਸ ਨੂੰ ਪਤਾ ਸਾਰਾ ਸ਼ਰਾਬ ਆ ਰੀਆ ਰਾਰ ਜਿੰਨੇ ਇੰਨੇ ਨੇ ਬੰਦੇ ਚੱਕੀ ਦੇ ਵਿੱਚ ਹੁਣ ਵੀ ਤੁਸੀਂ ਘੰਟੇ ਤੱਕ ਚੱਕੀ ਜਾ ਕੇ ਦੇਖੇ 100 ਬੰਦਾ ਇੱਥੇ ਬੈਠੇ ਹੋਣਾ ਤਾਂ 100 100 ਤੋਂ ਜ਼ਿਆਦਾ ਬੰਦਾ ਉੱਥੇ ਬੈਠੇ ਹੋਣਾ ਮੈਂ ਹੀ ਕਹਿਣਾ ਚਾਹਨੀ ਪ੍ਰਸ਼ਾਸਨ ਨੂੰ ਮਹਾਮਾਰੀ ਤੁਸੀਂ ਕਹਿੰਦੇ ਇੰਨੀ ਫੈਲੀ ਦੀ ਨਾ ਕੋਰੋਨਾ ਫੈਲੇ ਇੱਥੇ ਕਿਉਂ ਨਹੀਂ ਕੋਰੋਨਾ ਫੈਲੇਦਾ ਇਹਨਾਂ ਨੂੰ ਇੱਥੇ ਕਿਉਂ ਨਹੀਂ ਕੋਈ ਕਾਰਵਾਈ ਆ ਕੇ ਕਰਦੇ ਦੁਕਾਨਾਂ ਤੁਸੀਂ ਬੰਦ ਕਰਾਉਣ ਦੇਦੇ ਹੋ ਮੋਲ ਤੁਸੀਂ ਬੰਦ ਕਰ ਹਰ ਜਗ੍ਹਾ ਬੰਦ ਕਰਾ ਇਹਨਾਂ ਨੂੰ ਵੀ ਬੰਦ ਕਰੋ ਇੱ ਇਨੇ ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ ਪਰ ਨਿਗਾਹ ਹੀ ਸਾਰੀਆਂ ਸਾਈਡਾਂ ਤੇ ਰੱਖੀ ਉਧਰ ਵੀ ਰੱਖੀ ਤੇ ਉਧਰ ਵੀ ਰੱਖੀਏ ਪੁਲਿਸ ਪਰ ਪ੍ਰਸ਼ਾਸਨ ਤੇ ਸਰਕਾਰ ਨੂੰ ਕੀ ਸੁਨੇਹਾ ਦੇਣਾ ਚਾਹੁੰਗੇ ਮੈਂ ਸਰਕਾਰ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਮੈਂ ਸਰਕਾਰ ਸਰ ਜੀ ਸਰਕਾਰ ਅੱਗੇ ਇਹ ਬੇਨਤੀ ਕਰਨੀ ਚਾਹੁੰਦੀ ਵੀ ਜਲਦ ਤੋਂ ਜਲਦ ਇਹ ਨਸ਼ਾ ਬੰਦ ਕੀਤਾ ਜਾਵੇ ਤੁਸੀਂ ਕਹਿੰਦੇ ਹੋ ਸ਼ਰਾਬਾਂ ਦੇ ਠੇਕੇ ਖੁੱਲੇ ਰਹਿਣ ਠੇਕੇ ਕਦ ਵਾਸਤੇ ਖੁੱਲੇ ਰਹਿਣ ਠੇਕਿਆਂ ਦੀ ਬਰਬਾਦੀ ਹੈ ਨਹੀਂ ਜਿਹੜੇ ਚਾਰ ਪੈਸੇ ਉਹਨਾਂ ਨੇ ਜਨਾਨੀਆਂ ਦੇ ਦੇ ਰਹੇ ਨੇ ਉਹ ਠੇਕਿਆਂ ਦੇ ਬਰਬਾਦ ਕਰ ਰਹੇ ਨੇ ਦੇਨੋ ਮੈਨੂੰ ਕੋਈ ਵੀ ਕੰਮ ਨਹੀਂ ਚੰਦਾ ਹੈਗਾ ਮੇਰੇ ਦਾ ਦੋਹੇ ਕੰਮ ਬਾਦਾਂ ਦੇ ਨਸ਼ਾ ਵੀ ਬੰਦ ਹੋਣਾ ਚਾਹੀਦਾ ਸ਼ਰਾਬ ਵੀ ਬੰਦ ਹੋਣੀ ਚਾਹੀਦੀ ਜਦੋਂ ਦੀ ਸਰਕਾਰਾਂ ਬਣੀ ਨੇ ਜਵਾ ਸੱਚ ਜੋਰੋ ਜੋਰ ਨਾਲ ਇਹ ਨਸ਼ੇ ਚੱਲਣ ਦੇ ਤੇ ਸ਼ਰਾਬ ਵੀ ਤੇ ਚਿੱਟਾ ਵੀ ਕੋਈ ਨਹੀਂ ਬੰਦ ਕਰਵਾ ਸਕਦਾ ਨਾ ਭਾਜਪਾ ਵਾਲੇ ਜੰਮੇ ਬੰਦ ਕਰਵਾ ਲੈ ਤੇ ਨਾ ਕਾਂਗਰਸ ਵਾਲੇ ਇਹਨਾਂ ਦੋਹਾਂ ਨੇ ਬੰਦ ਕਰਵਾਈ ਇਹ ਆਪਣੀ ਜਿੱਦਾ ਪਿੰਟਾਂ ਦੇ ਅੱਗੇ ਹੋਏ ਤੋ اے ਸੀ ਸਾਡੇ ਨਾਲ ਸੁਦੇਸ਼ ਜੀ ਜਿਨ੍ਹਾਂ ਨੇ کافی ਲੰਬੇ ਸਮੇਂ ਤੋਂ ਚਿੱਟੇ ਤੇ ਸ਼ਰਾਬ ਦੇ ਉੱਤੇ کافی ਮਤਲਬ ਜ਼ੋਰ ਲਗਾਇਆ ਔਰ کافی ਕਾਰਵਾਈ ਵੀ ਹੋਈ ਹੈ ਪਰ ਚਿੱਟੇ ਦਾ ਨਸ਼ਾ ਰੋਕਣ ਦੇ ਵਿੱਚ ਕਿਤੇ ਸਰਕਾਰਾਂ ਜਾਂ ਪ੍ਰਸ਼ਾਸਨ ਬਿਫਲ ਰਹੀਆਂ ਕੈਮਰਾਮੈਨ ਜਤਿੰਦਰ ਨਾਲ ਅਜੇ ਸੈਣੀ ਪਠਾਨਕੋਟ 7 ਸੀ ਨਿਊਜ਼